ਇੰਨੀ ਗਰਮੀ ਚ ਰਿਕਸ਼ਾ ਬੰਦੇ ਹੋ ਸਾਰੀ ਰੋਟੀ ਇੱਕ ਮਾਂ ਦੇ ਪਾਸੇ ਪਾਲਣੇ ਪੈਣੇ ਆਪਾਂ ਸਿਆਣੇ ਕਦੀ ਗੁਰੂ ਨਾਲ ਕੋਈ ਗਿਲਾ ਨੀ ਹੋਇਆ, ਕਦੀ ਗੁਰੂ ਤੇ ਕੋਈ ਗੁੱਸਾ ਆਇਆ ਹੋਵੇ ਤੁਹਾਨੂੰ ਕਿ ਮਹਾਰਾਜ ਮੈਨੂੰ ਗਰੀਬੀ ਦਿੱਤੀ ਆ? ਮਹਾਰਾਜ ਨੂੰ ਮੈਂ ਆਖਿਆ ਮਹਾਰਾਜ ਬੱਚੇ ਰਾਜੀ ਕਰ, ਦੋ ਗੁੱਡੀਆਂ ਵੀ ਵਹੀਆਂ ਬੜੀਆਂ ਔਖੀਆਂ ਕਹੇ ਜੀ। ਅੱਛਾ ਮੇਰੀ ਹੁਣ ਗੱਲ ਸੁਣੋ, ਸੀਮਿੰਟ ਦੀਆਂ ਬੋਰੀਆਂ ਮੈਂ ਕਹਿ ਕੇ ਤੁਹਾਨੂੰ ਇੱਥੇ ਲੈ ਕੇ ਆਇਆ ਨਾ, ਸੀਮਿੰਟ ਦੀਆਂ ਬੋਰੀਆਂ ਤਾਂ ਕੋਈ ਹੈ ਨੀ, ਹੈਗੀਆਂ ਨੀ, ਕੋਈ ਨੀ ਹੈਗੀਆਂ, ਕੋਈ ਗੱਲ ਨੀ ਬਾਬਾ ਜੀ, ਝੂਠ ਬੋਲਿਆ ਜੀ ਮੈਂ, ਮਾਫ਼ੀ। ਪਰ ਮੇਰਾ ਝੂਠ ਬੋਲਣ ਦਾ ਮਕਸਦ ਪਤਾ ਕੀ ਸੀ? ਤੁਸੀਂ ਮੈਨੂੰ ਕਿਹਾ ਕਿ ਮੈਂ ਕੁਛ ਨਹੀਂ ਕਮਾਇਆ ਸਵੇਰ ਦਾ, ਹਜੇ ਕੁਛ ਨਹੀਂ ਕਮਾਇਆ ਨਾ, ਅਤੇ ਮੈਂ ਤਾਂ ਕਰਕੇ ਤੁਹਾਨੂੰ ਝੂਠ ਬੋਲਿਆ ਬਾਬਾ ਜੀ। ਕਿ ਚਲੇ ਕਿੱਧਰ ਨਹੀਂ ਜਾਣਾ ਗਾ, ਆ ਫੜੋ ਇਹ ਸੀਮਿੰਟ ਦੀਆਂ ਬੋਰੀਆਂ ਵਾ ਇਹਦੀਆਂ, ਠੀਕ ਹੈ ਜੀ, ਇਹ ਤੁਹਾਡੀਆਂ ਸੀਮਿੰਟ ਦੀਆਂ ਬੋਰੀਆਂ, ਠੀਕ ਹੈ ਜੀ, ਠੀਕ ਹੈ, ਹੁਣ ਤੁਸੀਂ ਚਲੇ ਜਾਓ, ਠੀਕ ਹੈ, ਇਹ ਤੁਹਾਡੀ ਦਿਹਾੜੀ ਪੂਰੀ ਹੋ ਗਈ, ਹੁਣ ਤੁਸੀਂ ਘਰ ਜਾਣਾ ਜੀ, ਠੀਕ ਹੈ, ਡੀਲ ਆ ਗਏ, ਹੁਣ ਤੁਸੀਂ ਘਰ ਚਲ ਜਾਓ, ਠੀਕ ਹੈ, ਪੈਸੇ ਤੁਹਾਨੂੰ ਆ ਗਏ ਆ, ਦਿਹਾੜੀ ਆ ਗਈ ਨਾ, 250 ਕਮਾਉਂਦੇ ਜੀ, 500 ਆ, ਠੀਕ ਹੈ, ਹੁਣ ਤੁਸੀਂ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਕੇ ਘਰ ਚਲ ਜਾਓ, ਕੰਮ ਕਰ ਦਿਓ, ਦੱਸੋ ਪੱਖਾ ਹੀ ਲੈ ਲਓ, ਪੱਖਾ ਹੀ ਲੈ ਲਓ, ਪੱਖਾ ਚਾਹੀਦਾ, ਪੱਖਾ ਨਹੀਂ ਹੈਗਾ ਘਰ, ਉਹ ਪੁਰਾਣਾ ਸੱਤ ਉਹ ਦੂਜਾ ਐਡਾ ਸਾਰਾ। ਅੱਛਾ ਤੇ ਕਿਹੜਾ ਪੱਖਾ ਚਾਹੀਦਾ? ਉਹ ਕਿ ਐਡਾ ਚਾਹੁੰਦਾ ਜੀ? ਅੱਛਾ ਪੱਖਾ ਚਾਹੀਦਾ, ਆਹੋ ਲੈ ਲਓ, ਤੁਸੀਂ ਇੰਨੀ ਗੱਡੀ ਲੈ ਕੇ ਨਹੀਂ, ਮੈਂ ਬਾਬਾ ਵੇਖੋ ਤੁਸੀਂ ਸਿੱਖ, ਮੈਂ ਵੀ ਸਿੱਖ, ਮੈਂ ਗੱਡੀ ਲੈ ਲਈ, ਉਹ ਅਲੇ ਆ ਮਰ ਜਾਂਦੇ, ਮਰਦੇ ਮਰਦੇ ਮੈਨੂੰ ਮਰ ਜਾਂਦੇ, ਤੇ ਮਰਦਾ ਮੈਂ ਹੈਗਾ ਨਹੀਂ ਆ। ਅੱਛਾ ਐਕਸੀਡੈਂਟ ਹੋ ਜਾਂਦਾ, ਐਕਸੀਡੈਂਟ ਹੋ ਜਾਂਦਾ ਜੀ। ਅੱਛਾ ਤੇ ਪੱਖਾ ਕੀ ਕਰਨਾ, ਪੱਖਾ ਕੀ ਕਰਨਾ, ਪੱਖਾ ਦੱਸੋ ਕੀ ਕਰਨਾ, ਪੱਖਾ ਲਾ ਕਰੂੰਗੇ, ਤੇ ਹੁਣ ਨਹੀਂ ਹੈਗਾ ਪੱਖਾ, ਨਹੀਂ ਇੱਕ ਹੈਗਾ, ਉਹ ਫਿਰ ਤਾਂ ਪਤਾ ਬੱਚੇ ਸੁੱਤੇ ਹੁੰਦੇ, ਮੈਂ ਇਕੱਲਾ, ਫਿਰ ਤੁਸੀਂ ਗਰਮੀ 'ਚ ਕਸੰਦੇ ਹੋ, ਤੁਸੀਂ ਗਰਮੀ ਚ ਸੌਂਦੇ ਹੋ? ਅੱਛਾ ਤੁਸੀਂ ਮਤਲਬ ਤੁਹਾਡੇ ਕੋਲ ਹੈ ਨੀ ਪੱਖਾ, ਨੀ ਹੈਗਾ, ਪੱਖਾ ਨੀ ਹੈਗਾ, ਅੱਛਾ ਇੱਕ ਪੱਖਾ ਰਹਿੰਦਾ, ਅੱਛਾ ਇੱਕ ਪੱਖਾ ਵਾ, ਉਹ ਪੱਖਾ ਬੱਚੇ ਲਾ ਕੇ ਸੋ ਜਾਂਦੇ ਆ, ਤੇ ਤੁਹਾਡੇ ਕੋਲ ਪੱਖਾ ਨੀ ਹੈਗਾ, ਵਾਹਿਗੁਰੂ, ਇਹ ਸਾਡੇ ਸਿੱਖਾਂ ਦੇ ਹਾਲ, ਮਾਂ ਨਾਲ ਸੋ ਜਾਂਦੇ ਆ, ਤੇ ਲਾਗੇ ਮਾਤਾ ਮੇਰੀ, ਅੱਛਾ ਤੇਰੀ ਮਾਤਾ ਤੇ ਤੁਸੀਂ, ਤੇਰੀ ਮਾਤਾ ਤੇ ਤੁਸੀਂ, ਤੁਸੀਂ ਕੋਠੇ ਸੌਂਦੇ ਹੋ, ਤੁਹਾਡੇ ਕੋਲ ਪੱਖਾ ਨੀ ਹੈਗਾ, ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ, ਪੱਖਾ ਚਾਹੀਦਾ, ਠੀਕ ਆ ਪਿਆਰਿਓ, ਠੀਕ ਆ, ਤੁਹਾਨੂੰ ਪੱਖਾ ਲਿਆ ਦਿੰਦੇ, ਹੋਰ ਦੱਸੋ ਤੁਸੀਂ, ਠੀਕ ਹੈ, ਤੁਸੀਂ ਨਾ ਕੰਮ ਕਰਿਓ ਹੁਣ, ਪੱਖਾ ਮਿਲਣਾ ਹੈਗਾ ਵਾ ਸੋਫਟੀ ਰੋਡ ਤੋਂ, ਸੋਫਟੀ ਰੋਡ ਤੋਂ ਮਿਲਣਾ, ਹਨੂੰਮਾਨ ਦੇ ਮੰਦਰ, ਹਾਂ ਤੁਸੀਂ ਨਾ ਕੰਮ ਕਰਿਓ, ਤੁਸੀਂ ਉੱਥੇ ਕਰ ਜਾਓ, ਬਈ ਭਾਬੀ ਬਹਿ ਜਾਓ ਇੱਥੇ, ਇੱਥੇ ਇੱਥੇ ਬਹਿ ਕੇ ਲਓ ਵਾ, ਤੁਹਾਨੂੰ ਗੁਰੂ ਰਾਮਦਾਸ, ਵਾਹਿਗੁਰੂ, ਬਣੀ ਗੱਲ, ਨੀਂਦ ਆਊਗੀ ਹੁਣ, ਹੁਣ ਹੁਣ ਆਊਗੀ ਨੀਂਦ, ਤੁਹਾਨੂੰ ਗੁਰੂ ਰਾਮਦਾਸ, ਕਰ ਦਿਓ ਭਾਈ ਪੈਕ ਕਰ ਦਿਓ, ਠੀਕ ਹੈ ਬਾਬਾ ਜੀ, ਕਹਿੰਦੇ ਰਿਕਸ਼ਾ ਨੀ ਚਾਹੀਦਾ ਮੈਨੂੰ, ਇੱਕ ਪੱਖਾ ਲਿਆ ਦਿਓ, ਮੇਰੀ ਵੋਟੀ ਤੇ ਮੈਂ ਕੋਠੇ ਸੋਨੇ ਆ, ਅੱਜ ਕਿੰਨੇ ਪੈਸੇ ਕਮਾਈਏ, ਪੈਸੇ ਦਿਓ ਮਾੜੇ ਜੇ, ਕਿੰਨੇ ਗਏ ਦਿਓ ਉਹਨੂੰ, ਨਹੀਂ ਆ ਨੀ ਆ ਨੀ ਆ, ਤੇ ਮੈਂ ਤੁਹਾਨੂੰ ਦਿੱਤੇ ਨਾ ਜਿਹੜੇ ਤੁਸੀਂ ਕਮਾਏ ਆ, ਮੈਂ ਕਮਾਏ ਕਰੇ, ਉਹ ਦੋ ਮੈਨੂੰ, ਉਹ ਚ ਤੁਹਾਨੂੰ ਫ੍ਰੀ ਥੋੜਾ ਮੈਂ ਦੇਣਾ ਵਾ, ਆ ਦੇ ਦਿਓ ਦੇ ਦਿਓ ਸਾਰੇ ਸਾਰੇ ਦਿਓ, ਚਲੋ ਪੱਖਾ ਤੁਹਾਡਾ, ਪੱਖਾ ਤੁਹਾਡਾ।
ਠੀਕ ਆ। ਇਹ ਹੁਣ ਤੁਸੀਂ ਆਪਣੀ ਕਮਾਈ ਦਾ ਖੜਿਆ ਵਾ, ਆ ਰਹੇ ਪਿਆ ਇਹ, ਠੀਕ ਆ। ਇਹ ਤੁਹਾਨੂੰ ਤੁਹਾਡੇ ਗੁਰੂ ਨੇ ਦਿੱਤਾ ਵਾ, ਕਿਹਨੇ ਭਲਾ ਦਿੱਤਾ? ਗੁਰੂ ਰਾਮਦਾਸ ਪਾਤਸ਼ਾਹ ਜੀ ਨੇ, ਗੁਰੂ ਰਾਮਦਾਸ ਪਾਤਸ਼ਾਹ ਜੀ ਨੇ, ਠੀਕ ਆ। ਗੁਰੂ ਰਾਮਦਾਸ ਪ੍ਰਭੂ ਸ਼ਰਾਬ ਨਹੀਂ ਪੀਂਦਾ, ਮੀਟ ਨਹੀਂ ਖਾਂਦਾ, ਹਾਂ ਉਹਨੂੰ ਸਭ ਪਤਾ ਹੈ ਬਾਬਾ ਜੀ। ਇਹ ਤੁਹਾਡੇ ਗੁਰੂ ਨੇ ਦਿੱਤਾ ਤੁਹਾਨੂੰ, ਠੀਕ ਹੈ। ਜਿਹੜਾ ਪੁੱਛੇ ਨਾ ਕਿਹਨੇ ਦਿੱਤਾ ਵਾ, ਫਿਰ ਤੁਸੀਂ ਕੀ ਕਹਿਣਾ ਕਿਹਨੇ ਦਿੱਤਾ? ਕਿਹਨੇ ਦਿੱਤਾ? ਗੁਰੂ ਰਾਮਦਾਸ ਪਾਤਸ਼ਾਹ ਜੀ ਨੇ, ਠੀਕ ਹੈ। ਚਲੋ ਰੱਖੋ, ਬਾਬੇ ਨਾਨਕ ਨੇ ਦੇ ਦਿੱਤਾ ਤੇਰਾ ਤੇਰਾ। ਨਹੀਂ ਨਹੀਂ ਕੋਈ ਲੱਗ ਜਾਣਾ, ਉਹਨਾਂ ਨੂੰ ਖੁਸ਼ੀ ਬੜੀ ਆ। ਲੱਗ ਜਾਓ, ਰੱਖੋ ਤੇ, ਰੱਖੋ ਰੱਖੋ ਤੇ, ਲੈ ਜਾਓ ਲੈ ਜਾਓ। ਆਪ ਦੱਸੋ ਬੀਬੀ ਅੱਜ ਖੁਸ਼ ਹੋ ਗਈ ਨਹੀਂ ਹੋਗੀ? ਉਹ ਰੋਣਾ ਹੀ ਬੀਬੀ, ਤੁਹਾਡੇ ਤੁਹਾਨੂੰ ਕਿਹਾ ਕਿੱਥੋਂ ਕੀ ਲੈ ਗਿਆ, ਫਿਰ ਕੀ ਕਹੇਗਾ ਬਾਬੂ? ਗੁਰੂ ਰਾਮਦਾਸ ਦੇ ਦਿੱਤਾ, ਹਾਂ ਗੁਰੂ ਰਾਮਦਾਸ ਨੇ ਦਿੱਤਾ। ਚਲੋ ਠੀਕ ਹੈ, ਲੈ ਜਾਓ ਹੁਣ ਗੁਰੂ ਰਾਮਦਾਸ, ਗੁਰੂ ਰਾਮਦਾਸ ਕਰਦੇ ਜਾਇਓ। ਉਹ ਕਿੰਨੀ ਕਾਲੀ ਬਾਬੇ ਨੂੰ, ਧੰਨ ਗੁਰੂ ਰਾਮਦਾਸ। ਲੋ ਪਿਆਰਿਓ, ਧੰਨਵਾਦ।